ਨਜ਼ੀਰ ਅਹਿਮਦ ਦੀ ਨਾਂ ਆਉਂਦਾ ਆ, ਹਾਂਜੀ, ਇਹ ਕਹਿੰਦਾ ਵੀ ਮੈਂ ਉੱਥੇ ਇੰਡੀਅਨ ਐਮਬੈਸੀ ਦੇ ਬਾਹਰ ਜਿਹੜਾ ਹੈ ਪਬਲਿਕ ਡੇ 26 ਜਨਵਰੀ ਦਾ ਦਿਨ ਕਾਲਾ ਦਿਵਸ ਮਨਾਉਣਾ। ਪਹਿਲਾਂ ਤਾਂ ਇਹ ਵੀ ਇਹ ਪਾਕਿਸਤਾਨੀ ਬੈਕਗਰਾਊਂਡ ਵਾਲਾ ਇਹ ਲਾਰਡ ਨਜ਼ੀਰ ਅਹਿਮਦ ਆ, ਔਰ ਪਾਕਿਸਤਾਨ ਦੇ ਵਿੱਚ ਜਿੱਦਾਂ ਦਾ ਉੱਥੇ ਸਿਲਸਿਲਾ ਚੱਲਦਾ ਆ, ਇਹਦਾ ਪ੍ਰਧਾਨ ਮੰਤਰੀ ਮੇਰਾ ਹਰ ਹੁਣ ਤਾਂ ਤਕਰੀਬਨ ਆਜ਼ਾਦ ਕੈਂਡੀਡੇਟ ਬਣ ਲਈ ਤਿਆਰ ਹੋਇਆ ਕਿ ਕੀ ਹੋਣਾ ਉਹਨਾਂ ਦਾ, ਉੱਥੇ ਮੇਰਾ ਕ੍ਰਿਕਟ ਦੀ ਕਰਪਸ਼ਨ ਦੀ ਧਰਨਿਆਂ ਦੀ ਇੱਕ ਕੰਪਟੀਸ਼ਨ ਚੱਲਦਾ ਆ, ਇਹਦੇ ਕੋਲ ਕਾਫੀ ਉੱਧਰ ਧਿਆਨ ਦੇਣ ਵਾਸਤੇ ਮੁੱਦਾ ਸੀ। ਹਾਂਜੀ, ਕਿਸ ਕਪੈਸਿਟੀ ਵਿੱਚ ਇਹ ਕਰਨਾ ਚਾਹੁੰਦੇ ਨੇ ਔਰ ਇਹ ਕਿੱਦਾਂ ਦੀ ਸਿੱਖਾਂ ਨੂੰ ਇਹ ਸਪੋਰਟ ਕਰਨਗੇ ਜਾਂ ਸਿੱਖਾਂ ਨੂੰ ਵਰਗਲਾਉਣਗੇ ਜਾਂ ਹੋਰ ਤਸੱਦਰ ਕਰਾਉਣਗੇ, ਇਹਦੀ ਸਾਨੂੰ ਸਮਝ ਨਹੀਂ ਆਉਂਦੀ।